ਸਸ਼ੀਕਾਲ ਜੀ ਇੱਕ ਜਾਣਕਾਰੀ ਜਿਹੜੀ ਤੁਹਾਡੇ ਨਾਲ ਹੁਣ ਸਾਂਝੀ ਕਰਨ ਲੱਗਿਆ ਹੈ ਹਰ ਉਸ ਕਿਸੇ ਲਈ ਜ਼ਰੂਰੀ ਹੈ ਜਿਹੜਾ ਕੋਈ ਫਲੈਟ ਮਕਾਨ ਖਰੀਦਣਾ ਚਾਹੁੰਦਾ ਹੈ ਕਿਉਂਕਿ ਫਲੈਟ ਮਕਾਨ ਖਰੀਦਣ ਨੂੰ ਲੈ ਕੇ ਜਦੋਂ ਅਸੀਂ ਏਜੰਟਾਂ ਦੇ ੱੱੱਕੇ ਚੜਦੇ ਆ ਤਾਂ ਉਹਨਾਂ ਵਰਗਾ ਰੱਬ ਕੋਈ ਨਹੀਂ ਹੁੰਦਾ। ਇਵੇਂ ਇਸ ਕਰਕੇ ਕਹਿ ਰਹੇ ਕਿਉਂਕਿ ਸਾਨੂੰ ਫੀਲ ਹੋਣ ਲੱਗ ਜਾਂਦਾ। ਉਹ ਸਾਡੀ ਇੰਨੀ ਫਿਕਰ ਕਰਦੇ ਨੇ, ਉਹ ਸਾਡਾ ਇੰਨੀ ਚਿੰਤਾ ਕਰਦੇ ਨੇ ਸਕੇ ਸਾਨੂੰ ਲੱਗਦਾ ਵੀ ਸਾਡਾ ਕੋਈ ਸਗਾ ਵੀ ਨਹੀਂ ਕਰਦਾ ਹੋਣਾ। ਪਰ ਬੇਸਿਕਲੀ ਕਈ ਤਾਂ ਲਾਲਚ ਨੂੰ ਕਿ ਸਾਡਾ ਗਾਹਕ ਨਾ ਭਾਜੇ ਪਰ ਕਈ ਠੱਗੀ ਨੂੰ ਵੀ। ਤੇ ਕਈ ਅਜੀਹਾਂ ਕਰਕੇ ਕਿ ਉਹਨਾਂ ਨੂੰ ਲੱਗਦਾ ਵੀ ਛੋਟੀ ਜੀ ਗੱਲ ਹੈ ਬਾਅਦ ਚ ਪਰੇਸ਼ਾਨ ਅਗਲਾ ਹੁੰਦਾ ਰਹਿੰਦਾ ਇਹ ਤੁਹਾਨੂੰ ਇਸ ਲਈ ਮੈਂ ਦੱਸ ਰਿਹਾ ਕਿਉਂਕਿ ਅੱਗੇ ਨੂੰ ਵੀ ਮੈਂ ਕਈ ਵੀਡੀਓ ਮੇਰੇ ਗੱਲਾਂ ਕੀ ਧਿਆਨ ਚ ਰਹਿ ਗਈਆਂ ਆ ਕਿ ਕੀ ਕੀ ਚੀਜ਼ਾਂ ਸਾਨੂੰ ਦੇਖ ਲੈਣੀਆਂ ਚਾਹੀਦੀਆਂ ਨੇ ਪਰ ਇਹ ਚੀਜ਼ ਇੱਕ ਮੇਰੇ ਸਾਹਮਣੇ ਆਈ ਰਿਪੋਰਟਾਂ ਜਰੂਰੀ ਸਮਝਿਆ ਤੁਹਾਡੇ ਨਾਲ ਸਾਂਝੀ ਕਰਾਂ ਮਕਾਨ ਫਲੈਟ ਖਰੀਦਣ ਨੂੰ ਲੈ ਕੇ ਬਿਜਲੀ ਕਨੈਕਸ਼ਨ ਦੇ ਬਿੱਲ ਦੀ ਪੂਰੀ ਤਰ੍ਹਾਂ ਦੇ ਨਾਲ ਤੁਹਾਨੂੰ ਜਾਂਚ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ ਗੱਲ ਬਿਲਕੁਲ ਸਹੀ ਵੀ ਹੈਗੀ ਤੇ ਇਸੇ ਲਈ ਜਿਸ ਤਰ੍ਹਾਂ ਦੇ ਨਾਲ ਜਿ ਕਹੀਏ ਕਿ ਬ੍ਰੇਨ ਰਿਮਾਈਂਡਰ ਨੇ ਇਹ ਸਾਂਝਾ ਕਰਿਆ ਹੈ ਬ੍ਰੇਨ ਰਿਮਾਈਂਡ ਕਰਕੇ ਆ ਜੇਕਰ ਤੁਸੀਂ ਨਵਾਂ ਮਕਾਨ ਫਲੈਟ ਖਰੀਦ ਰਹੇ ਹੋ ਤਾਂ ਤੁਹਾਡੇ ਵਾਸਤੇ ਬਿਜਲੀ ਦਾ ਬਿੱਲ ਦੇ ਕੰਨੀ ਵੀ ਧਿਆਨ ਦੇ ਕੇ ਖਰੀਦਦਾਰੀ ਕਰਨੀ ਚਾਹੀਦੀ ਹੈ ਇਹ ਕਹਿੰਦੇ ਸੁਪਰੀਮ ਕੋਰਟ ਨੇ ਨਵੇਂ ਹੁਕਮਾਂ ਦੇ ਵਿੱਚ ਸਾਫ਼ ਕਰ ਦਿੱਤਾ ਹੈ ਕਿ ਨਵਾਂ ਮਕਾਨ ਮਾਲਕ ਨੂੰ ਬਿਜਲੀ ਕੰਪਨੀ ਦੇ ਵੱਲੋਂ ਦਿੱਤੀ ਗਈ ਬਿਲਿੰਗ ਨੂੰ ਹਰ ਹਾਲ ਦੇ ਵਿੱਚ ਜਮ੍ਹਾਂ ਕਰਾਉਣਾ ਹੋਊਗਾ ਯਾਨੀ ਕਿ ਸੁਪਰੀਮ ਕੋਰਟ ਨੇ ਕਹਤਾ ਹਾਲੂ ਤੁਸੀਂ ਇਹ ਨਹੀਂ ਕਹਿ ਸਕਦੇ ਪੁਰਾਣਾ ਬੰਦਾ ਵਰਤ ਕੇ ਭੱਜ ਗਿਆ ਹੈਗਾ ਤਾਂ ਉਹ ਕਹਿੰਦੇ ਕਿ ਨਵੀਂ ਬਿਲਿੰਗ ਹੈ ਜਿਹੜੀ ਉਹ ਹਰ ਹਾਲ ਦੇ ਵਿੱਚ ਜਮ੍ਹਾਂ ਕਰਾਉਣੀ ਹੋਊਗੀ ਜਿਸ ਦੇ ਨਾਲ ਕੰਪਨੀ ਦਾ ਮੂਲ ਬਿੱਲ ਤੇ ਜੁਰਮਾਨਾ ਦੋਨੇ ਸ਼ਾਮਲ ਹੋ ਸਕਦੇ ਨੇ ਯਾਨੀ ਕਿ ਜਿਹੜਾ ਉਹ ਜੁਰਮਾਨਾ ਵੀ ਪਿਆਊਗਾ ਕਿਉਂਕਿ ਅਗਲੇ ਨੇ ਭਰਿਆ ਹੋਣਾ ਨਹੀਂ ਇੰਨੇ ਟਾਈਮ ਦਾ ਜੁਰਮਾਨਾ ਜਿਹੜਾ ਹੋਊਗਾ ਉਹ ਵੀ ਤੁਹਾਨੂੰ ਦੇਣਾ ਪਊਗਾ ਸੁਪਰੀਮ ਕੋਰਟ ਨੇ ਕਿਹਾ ਕਿ ਕਿਸੇ ਵੀ ਸੰਪਤੀ ਦੇ ਪਿੱਛੇ ਮਾਲਕ ਨੇ ਬਿਜਲੀ ਦਾ ਬਿੱਲ ਨਹੀਂ ਚੁਕਾਇਆ ਤਾਂ ਪ੍ਰਾਪਰਟੀ ਖਰੀਦਣ ਵਾਲੇ ਮਾਲਕ ਨੂੰ ਉਹ ਮੁੱਖ ਐ ਨ્યાਦੀਸ਼ ਡਿਵਾਈ ਚੰਦਰ ਚੂੜ ਨ્યાਦੀਸ਼ ਪੀਐਸ ਨਰਸਿੰਮਾ ਨ્યાਦੀਸ਼ ਹਿਮਾ ਕੋਹਲੀ ਦੀ ਬੈਂਚ ਨੇ ਮਾਮਲੇ ਦੀ ਇੱਕ ਬੈਂਚ ਦੇ ਸੰਦਰਭ ਦੇ ਵਿੱਚ ਜਵਾਬ ਦਿੰਦੇ ਹੋਏ ਇਹ ਫੈਸਲਾ ਜਿਹੜਾ ਸੁਣਾਇਆ ਦਰਸਲ ਅਦਾਲਤ ਦੇ ਕੋਲ ਇੱਕ ਮਾਮਲਾ ਜਿਹਦੇ ਵਿੱਚ ਨਿਲਾਮੀ ਦੇ ਵਿੱਚ ਖਰੀਦੀ ਗਈ ਇੱਕ ਪ੍ਰਾਪਰਟੀ ਦੇ ਬਿਜਲੀ ਕਨੈਕਸ਼ਨ ਦਾ ਜਿਹੜਾ ਅਵੇਦਨ ਦਿੱਤਾ ਗਿਆ ਸੀ ਤਾਂ ਬਿਜਲੀ ਕੰਪਨੀ ਨੇ ਪੁਰਾਣੇ ਬਕਾਇਆ ਦੇ ਹਵਾਲਾ ਦੇ ਕੇ ਕਨੈਕਸ਼ਨ ਦੇਣ ਤੋਂ ਮਨ੍ਹਾ ਕਰਤਾ ਉਹ ਕਹਿੰਦੇ ਪਹਿਲਾਂ ਵਾਲੇ ਪੈਸੇ ਭਰੋ ਫਿਰ ਦਵਾਂਗੇ ਉਸ ਤੋਂ ਬਾਅਦ ਪ੍ਰਾਪਰਟੀ ਦੇ ਨਵੇਂ ਮਾਲਕ ਨੇ ਕੋਰਟ ਦਾ ਰੁਖ ਕੀਤਾ ਉਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਬਿਜਲੀ ਕੰਪਨੀ ਦਾ ਨਵਾਂ ਕਨੈਕਸ਼ਨ ਦੇਣ ਤੋਂ ਇਨਕਾਰ ਕਰ ਰਹੀ ਹੈ ਪ੍ਰਾਪਰਟੀ ਦੇ ਪੁਰਾਣੇ ਮਾਲਕ ਨੇ ਬਿਜਲੀ ਦਾ ਬਿੱਲ ਨਹੀਂ ਚੁਕਾਇਆ ਹੈਗਾ ਨਵੇਂ ਮਾਲਕ ਨੇ ਅਦਾਲਤ ਨੂੰ ਨਵੇਂ ਮਾਲਕ ਨੇ ਅਦਾਲਤ ਤੋਂ ਪੁੱਛਿਆ ਕਿ ਕੀ ਕਿ ਕੀ ਪੁਰਾਣੇ ਬਿੱਲ ਦੀ ਗਲਤੀ ਦਾ ਖਮਿਆਜਾ ਨਵੇਂ ਮਾਲਕ ਨੂੰ ਭੁਗਤਣਾ ਪਊਗਾ ਤਾਂ ਇਸ ਗੱਲ ਤੇ ਬੈਂਚ ਨੇ ਕਿਹਾ ਕਿ ਬਿਜਲੀ ਕੰਪਨੀ ਦੇ ਵੱਲੋਂ ਨਵੇਂ ਮਾਲਕ ਦੇ ਪੁਰਾਣੇ ਮਾਲਕ ਦਾ ਬਕਾਇਆ ਮੰਗਣਾ ਜਾਇਜ਼ ਹੈ ਯਾਨੀ ਕਿ ਜੇਕਰ ਤੁਸੀਂ ਹੁਣ ਆਪਦਾ ਕੋਈ ਮਕਾਨ ਜਾਂ ਫਲੈਟ ਖਰੀਦ ਰਹੇ ਹੋ ਉਹਦੇ ਪਹਿਲਾਂ ਚੰਗੀ ਤਰ੍ਹਾਂ ਪਤਾ ਕਰ ਲਓ ਕਿ ਆਖਰ ਤੁਸੀਂ ਕਿਤੇ ਫਸ ਨਾ ਜਾਓ ਕੱਲ ਨੂੰ ਵੀ ਇਹ ਤੇ ਭਾਈ ਕੋਈ ਬਕਾਇਆ ਬਕੋਇਆ ਤਾਂ ਨਹੀਂ ਖੜਾ ਕਿਉਂਕਿ ਇੱਕ ਚੀਜ਼ ਤੁਸੀਂ ਹੋਰ ਸਮਝਿਓ ਹੁਣ ਬਾਕੀ ਥਾਂ ਦਾ ਤਾਂ ਪਤਾ ਨਹੀਂ ਆਪਣੇ ਇੱਧਰ ਤਾਂ ਇਹ ਸਿਸਟਮ ਹੈਗਾ ਪੰਜਾਬ ਦੇ ਵਿੱਚ ਜਿਵੇਂ ਕਹਾ ਤੋ ਕਿ ਜਦੋਂ ਮੈਂ ਵੀ ਬਿਜਲੀ ਕਨੈਕਸ਼ਨ ਲਿਆ ਸੀ ਤਾਂ ਉਹ ਇੱਕ ਐਮਸੀ ਤੋਂ ਵੀ ਐਨਓਸੀ ਲੈਂਦੇ ਨੇ ਕਿ ਇਹਨਾਂ ਦੇ ਵੱਲ ਕੋਈ ਬਕਾਇਆ ਬਕੋਇਆ ਖੜਾ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਬਿਜਲੀ ਕਨੈਕਸ਼ਨ ਅਪਲਾਈ ਹੁੰਦਾ ਪਰ ਦੂਜੇ ਪਾਸੇ ਇਹ ਵੀ ਹੈ ਵੀ ਹੁਣ ਉਰੇ ਤਾਂ ਏਜੰਟ ਜਿਵੇਂ ਤੁਹਾਨੂੰ ਕਿਹਾ ਵੀ ਤੁਹਾਡੇ ਰਿਸ਼ਤੇਦਾਰਾਂ ਤੋਂ ਵੀ ਖਾਸ ਹੋ ਜਾਂਦੇ ਨੇ ਉਹ ਗੱਲਾਂ ਇਹ ਜੀਆਂ ਮਿੱਠੀਆਂ-ਮਿੱਠੀਆਂ ਮਾਰਦੇ ਨੇ ਤਾਂ ਇਹਨਾਂ ਦੇ ਠੱਗੀ ਦੇ ਜਾਲ ਦੇ ਵਿੱਚ ਠੱਗੀ ਇਸ ਕਰਕੇ ਕਹਿ ਰਹੇ ਆ ਕਿਉਂਕਿ ਇੱਕ ਤਾਂ ਤੁਸੀਂ ਦੇਣਾ ਹੁੰਦਾ ਇਹਨਾਂ ਨੂੰ 1% ਇਹਨਾਂ ਦਾ ਜਿਹੜਾ ਤੁਸੀਂ ਇਹਨਾਂ ਨਾਲ ਕੋਈ ਜਾਂ ਓਕੇ-ਪੁਕੇ ਪੈਸੇ ਕਰ ਲੈਂਦੇ ਹੋ ਦੂਜੇ ਪਾਸੇ ਗੱਲ ਇਹ ਹੈ ਵੀ ਆਖਰ ਇਹ ਉਹ 1% ਤਾਂ ਲੈਂਦੀ ਲੈਂਦੇ ਨੇ ਦੂਜੇ ਬੰਦੇ ਤੋਂ ਵੀ ਲੈਂਦੇ ਨੇ ਜਿਹਦਾ ਵੇਚਦੇ ਨੇ ਪਰ ਗੱਲ ਤੀਜੇ ਥਾਂ ਤੇ ਇਹ ਕਿ ਇਹ ਉਹ ਗੱਲਾਂ ਲਪੋ ਲਾਉਂਦੇ ਨੇ ਜਾਂ ਇਹ ਗੱਲਾਂ ਉਹ ਦੱਸਦੇ ਨਹੀਂ ਜਾਂ ਇਹ ਗੱਲਾਂ ਤੋਂ ਖੁਦ ਵੀ ਜਾਣੂ ਨਹੀਂ ਹੁੰਦੇ ਵੀ ਜਿਹਨੂੰ ਐਸੀ ਕਿਸੇ ਨੂੰ ਪ੍ਰਾਪਰਟੀ ਵੇਚ ਰਹੇ ਆ ਤਾਂ ਕਾਲੂ ਬੰਦੇ ਦੀ ਕਿਤੇ ਜਾਣ ਦੀ ਗਲੇ ਦੀ ਹੱਡੀ ਨਾ ਫਸ ਜਾਏ ਤੇ ਉਹਦੀ ਜਾਨ ਨੂੰ ਕਾਲੂ ਪਰੇਸ਼ਾਨੀ ਦੇ ਵਿੱਚ ਨਾ ਪਾ ਦੇ ਇਹਨਾਂ ਨੂੰ ਕੋਈ ਸਮਝਣ ਦੀ ਲੋੜ ਨਹੀਂ ਉਹਦੇ ਗਲੇ ਦੀ ਹੱਡੀ ਬਣਦੀ ਆ ਬਣੇ ਉਹਦੀ ਜਾਨ ਫਸਦੀ ਆ ਫਸੇ ਪਰ ਇਹ ਆਪਦੇ ਪੈਸਿਆਂ ਤੱਕ ਮਨਾ ਉਹ ਰੱਖਦੇ ਨੇ ਕੁਝ ਕੁ ਲੋਕ ਹੈਗੇ ਨੇ ਜਿਹੜੇ ਚੰਗੇ ਨੇ ਇਹ ਤਾਂ ਕਹਿਣਾ ਪੈਂਦਾ ਭਾਈ ਕਿਉਂਕਿ ਕੁਝ ਕੁ ਹੁੰਦੇ ਵੀ ਨੇਗੇ ਚੰਗੇ ਪਰ ਜ਼ਿਆਦਾਤਰ ਦੇਖਿਆ ਜਾਵੇ ਤਾਂ ਇਹ ਲਾਲਚ ਦੇ ਅੰਨੇ ਉਹ ਲੋਕ ਨੇ ਜਿਨ੍ਹਾਂ ਤੇ ਤੁਸੀਂ ਯਕੀਨ ਕਦੇ ਨਾ ਕਰੋ ਆਪਦਾ ਪਹਿਲਾਂ ਤੁਸੀਂ ਦੇਖੋ ਕਿ ਉਸ ਜਿਹੜੀ ਜਗ੍ਹਾ ਤੁਸੀਂ ਲੈ ਰਹੇ ਹੋ ਉਤੇ ਕੋਈ ਸਰਕਾਰ ਦਾ ਬਕਾਇਆ ਤਾਂ ਨਹੀਂ ਖੜਾ ਬਿਜਲੀ ਬਿੱਲ ਦਾ ਤਾਂ ਨਹੀਂ ਖੜਾ ਐਮਸੀ ਦਾ ਤਾਂ ਨਹੀਂ ਖੜਾ ਇਹ ਮੈਂ ਇੱਕ ਵੀਡੀਓ ਤਰਤੀਬ ਨਾਲ ਕਈ ਕੁਝ ਕੁ ਗੱਲਾਂ ਹੋਰ ਨੇ ਉਹ ਅਲੱਗ ਤੋਂ ਬਣਾਉਂਗਾ ਪਰ ਇਹਦੇ ਵਿੱਚ ਜਿਵੇਂ ਸੁਪਰੀਮ ਕੋਰਟ ਨੇ ਮਾਨਯੋਗ ਅਦਾਲਤ ਨੇ ਹੁਕਮ ਸੁਣਾਏ ਨੇ ਤੇ ਇਹਨੂੰ ਚੀਜ਼ਾਂ ਨੂੰ ਸਮਝੋ ਵੀ ਕੱਲ ਨੂੰ ਕੋਰਟ ਦੇ ਵਿੱਚ ਜਾਓਗੇ ਤਾਂ ਇਹ ਇੱਕ ਐਗਜ਼ੈਂਪਲਰੀ ਮਾਮਲਾ ਹੋਊਗਾ ਤੇ ਇਸ ਦਾ ਕੋਈ ਵੀ ਕਾਨੂੰ ਤੁਹਾਡੇ ਕੋਲ ਬਚਾਉ ਨਹੀਂਗਾ ਹੋਣਾ ਫਿਰ ਤੁਹਾਨੂੰ ਪੈਸੇ ਭਰਨੇ ਪੈਣਗੇ ਧੰਨਵਾਦ